ਸਾਡੇ ਹੱਕ ਸਾਡੇ ਹੱਕ ਸਾਡੀ ਏਕਤਾ ਜਿੰਦਾਬਾਦ ਸਾਡੀ ਏਕਤਾ ਜਿੰਦਾਬਾਦ ਜਾਗਾਂਗੇ ਜਗਾਵਾਂਗੇ ਪਿੰਡ ਦੀ ਸਾਡਾ ਅਸਤਾਗਾਂ ਪਿੰਡ ਇੱਕ ਸੀ ਤੇ ਅਸੀਂ ਸਾਰੇ ਭਾਈਚਾਰੇ ਦੇ ਨਾਲ ਇਕੱਠੇ ਰਹਿੰਦੇ ਸੀ ਸਾਰੇ ਇੱਕ ਦੂਜੇ ਦੇ ਦੁੱਖ ਸੁੱਖ ਦੇ ਵਿੱਚ ਸਹਾਈ ਹੁੰਦੇ ਸੀ ਪਰ ਕੁਝ ਸ਼ਰਾਰਤੀ ਅਨਸਰਾਂ ਨੇ ਪਿੰਡ ਦੇ ਵਿੱਚ ਚੋਰੀ ਛੱਪੀ ਮਤੇ ਪਾ ਕੇ ਅਤੇ ਪਿੰਡ ਨੂੰ ਦੋ ਧੜਾਂ ਦੇ ਵਿੱਚ ਵੰਡ ਦਿੱਤਾ ਹੈ ਬੜੇ ਗਲਤ ਢੰਗ ਨਾਲ ਵੰਡਿਆ ਕੋਈ ਉਹਦੇ ਵਿੱਚ ਆਮ ਜਲਾਸ ਨਹੀਂ ਬੁਲਾਇਆ ਗਿਆ ਕਿਸੇ ਦੀ ਰਾਇ ਮਸ਼ਵਰਾ ਜਾਂ ਸਲਾਹ ਨਹੀਂ ਲਿਆ ਗਿਆ ਚੋਰੀ ਚੋਰੀ ਉਹਨਾਂ ਨੇ ਕੁਝ ਸੈਨ ਅੰਗੂਠੇ ਕੋਈ ਲਾਲਚ ਦੇ ਕੇ ਬਲੱਛਾਂ ਦਾ ਮਨਰੇਗਾ ਦਾ ਕੰਮ ਮਕਾਨਾਂ ਦੇ ਪੈਸੇ ਆਉਣਗੇ ਕਿਸੇ ਵੀ ਢੰਗ ਦੇ ਨਾਲ ਉਹਨਾਂ ਨੇ ਕਰਾਏ ਨੇ ਤੋ ਮਤਾ ਪਾ ਕੇ ਵੀ ਡੀ ਓ ਸਾਹਿਬ ਜਾਂ ਹੋਰ ਉਹਨੇ ਇੱਕ ਫਾਇਲ ਤਿਆਰ ਕੀਤੀ ਹੈ ਤਾਂ ਉਹਨਾਂ ਨੇ ਪਿੰਡ ਦੋ ਕਰ ਲਿਆ ਸੀ ਪਿੰਡ ਵੀ ਬੜੇ ਗਲਤ ਢੰਗ ਨਾਲ ਵੱਖ ਕੀਤਾ ਗਿਆ ਅਤੇ ਅਸੀਂ ਧਰਨਾ ਇਸ ਕਰਕੇ ਲਾਇਆ ਕਿ ਪਿੰਡ ਨੂੰ ਇੱਕ ਰੱਖਣਾ ਅਤੇ ਭਾਈਚਾਰਕ ਸਾਂਝ ਵਿਖਾਉਣੀ ਹੈ ਬਾਕੀ ਕੰਮ ਚੱਲਦੇ ਰਹਿੰਦੇ ਔਰ ਪਿੰਡ ਇੱਕ ਹੋਵੇ ਬਸ ਇਸ ਕਰਕੇ ਅਸੀਂ ਇਹ ਸ਼ਾਂਤਮਈ ਧਰਨਾ ਜਿਹੜਾ ਪਿੰਡ ਦੇ ਏਕੀਕਰਨ ਕਰਨ ਵਾਸਤੇ ਲਾਇਆ ਅੱਜ ਦਾ ਜਿਹੜਾ ਗ੍ਰਾਮ ਸਭਾ ਦਾ ਇਜਲਾਸ ਬੁਲਾਇਆ ਗਿਆ ਉਹਦੇ 'ਚ ਮਾਨਯੋਗ ਬੀ ਡੀ ਪੀ ਓ ਪ੍ਰਬੰਧਕ ਸੈਕਟਰੀ ਔਰ ਗ੍ਰਾਮ ਸਭਾ ਦੇ ਇਜਲਾਸ ਵਿੱਚ ਪਹੁੰਚੇ ਔਰ ਕਾਰਵਾਈ ਮਤੇ ਵਿੱਚ ਪਾਇਆ ਗਿਆ ਕਿ ਪਿੰਡ ਦੀ ਪੰਚਾਇਤ ਦਾ ਏਕੀਕਰਨ ਹੋਵੇਗਾ ਔਰ ਲੀਗਲ ਹੋਵੇਗਾ ਔਰ ਉਹਦੇ ਮਤੇ ਵਿੱਚ ਪਾਸ ਕੀਤਾ ਗਿਆ ਕਿ ਪਿੰਡ ਹਸਤਾ ਕਲਾਂ ਦੀ ਪੰਚਾਇਤ ਇੱਕ ਹੀ ਰਹੇਗੀ ਔਰ ਇਸ ਤੋਂ ਇਲਾਵਾ ਪਿੰਡ ਦੇ ਲੋਕਾਂ ਵਿੱਚ ਕਾਫੀ ਉਤਸ਼ਾਹ ਦੇਖਣ ਨੂੰ ਮਿਲਿਆ ਔਰ ਸਾਰਿਆਂ ਨੇ ਰਜਿਸਟਰ ਦੇ ਵਿੱਚ ਸਾਈਨ ਵੀ ਕੀਤੇ ਔਰ ਲਗਾਤਾਰ ਕਰ ਰਹੇ ਨੇ ਔਰ ਇਸ ਤੋਂ ਬਾਅਦ ਅਸੀਂ ਸਾਡੀ ਭੁੱਖ ਹੜਤਾਲ ਜਾਰੀ ਰਹੇਗੀ ਔਰ ਭੁੱਖ ਹੜਤਾਲ ਤੋਂ ਬਾਅਦ ਅਸੀਂ ਡੀ ਸੀ ਸਾਹਿਬ ਦੇ ਵੀ ਜੇ ਸਾਡੀ ਕਾਰਵਾਈ ਅੱਗੇ ਫਾਈਲ ਪਹੁੰਚਦੀ ਹੈ ਤਾਂ ਫਿਰ ਅਸੀਂ ਧਰਨਾ ਜਿਹੜਾ ਉਹ ਖਤਮ ਕਰ ਦਿਆਂਗੇ ਵਰਨਾ ਭੁੱਖ ਹੜਤਾਲ ਦਾ ਧਰਨਾ ਇਸੇ ਤਰ੍ਹਾਂ ਚੱਲੇਗਾ ਕਿੰਨੇ ਦਿਨ ਤੋਂ ਚੱਲ ਰਿਹਾ ਜੀ ਤੁਹਾਡਾ ਧਰਨਾ ਸਾਡਾ ਧਰਨਾ ਲਗਾਤਾਰ ਅੱਜ 28ਵੇਂ ਦਿਨ ਵਿੱਚ ਪਹੁੰਚ ਚੁੱਕਿਆ ਔਰ ਭੁੱਖ ਹੜਤਾਲ 'ਤੇ 5 7 10 ਇਹ ਹਿਸਾਬ ਨਾਲ ਭੁੱਖ ਹੜਤਾਲ 'ਤੇ ਔਰਤਾਂ ਬੀਬੀਆਂ ਵੀ ਬੈਠੀਆਂ ਨੇ ਔਰ ਮਰਦ ਵੀ ਬੈਠਦੇ ਰਹੇ ਨੇ ਤੁਹਾਨੂੰ ਆਸ ਹੈ ਕਿ ਜਿਹੜਾ ਮਤਾ ਪਾਇਆ ਉਸ ਤੋਂ ਬਾਅਦ ਤੁਹਾਡੇ ਪਿੰਡ ਦਾ ਜਿਹੜਾ ਉਹ ਸਾਨੂੰ ਪੂਰੀ ਆਸ ਹੈ ਸਾਨੂੰ ਲੀਗਲ ਹੈ ਇਹ ਅਸੀਂ ਜਾਣਦੇ ਹਾਂ ਕਿ ਗ੍ਰਾਮ ਸਭਾ ਦਾ ਮਤਾ ਪਾਇਆ ਹੋਇਆ ਜਿਹੜਾ ਉਹ ਰੱਦ ਨਹੀਂ ਕੀਤਾ ਜਾ ਸਕਦਾ ਅੱਗੇ ਜਿਹੜਾ ਮਤਾ ਪਾਇਆ ਸੀ ਉਹ ਬਿਲਕੁਲ ਗਲਤ ਤਰੀਕੇ ਨਾਲ ਪਾਇਆ ਸੀ ਇਹ ਮਤਾ ਜਿਹੜਾ ਬਿਲਕੁਲ ਲੋਕਾਂ ਦੇ ਸਹਿਯੋਗ ਨਾਲ ਮਤਾ ਪਾਇਆ ਗਿਆ ਔਰ ਇਸ ਮਤੇ ਦਾ ਸਾਨੂੰ ਪੂਰਾ ਯਕੀਨ ਹੈ ਕਿ ਪ੍ਰਸ਼ਾਸਨ 'ਤੇ ਵੀ ਔਰ ਜਿਹੜਾ ਲੀਗਲ ਵੀ ਉਹ ਸਾਨੂੰ ਅਸੀਂ ਜਾਣਦੇ ਹਾਂ ਕਿ ਇਹ ਮਤਾ ਪਾਸ ਜੋ ਆਪਾਂ ਕਹਿ ਦਿੱਤਾ ਅੱਜ ਹੱਲ ਹੋ ਜੂਗਾ ਆਪਦੇ ਸਮੇਂ ਵਿੱਚ ਆਪਾਂ ਠੀਕ ਕਰ ਦਿੱਤਾ ਪੰਚਾਇਤ ਜੋ ਇਕੱਠੀ ਰਹੇਗੀ ਇਹ ਕਿਹ ਵਾਸਤੇ ਇਕੱਠੇ ਹੋਏ ਸੀ ਜੀ ਅੱਜ ਇੱਥੇ ਇੱਥੇ ਪੰਚਾਇਤਾਂ ਇਹਨਾਂ ਦੀਆਂ ਵੱਖਰੀਆਂ ਵੱਖਰੀਆਂ ਹੋਈਆਂ ਸੀ ਇਸ ਕਰਕੇ ਉਹਨਾਂ ਦੀਆਂ ਨਾਲ ਜੋ ਆਮ ਇਜਲਾਸ ਬੁਲਾਇਆ ਠੀਕ ਠੀਕ ਹੈ